ਨੂੰ ਕੋਰਟ ਚ ਪੇਸ਼ ਕਰਾਇਆ ਸੀ, ਹਾਂਜੀ ਕੀ ਕਹਿਣਾ ਚਾਹੁੰਦੇ? ਪੇਸ਼ ਕੀਤਾ ਸੀ ਜੀ, ਤੇ ਫਿਲਹਾਲ ਤਾਂ ਜੁਡੀਸ਼ੀਅਲ ਛੱਡਣ ਚੱਲੇ ਇਹਨਾਂ ਨੂੰ, ਤੇ ਅੱਗੇ ਜੋ ਇਹਨਾਂ ਦੇ ਕੇਸ ਦੇ ਵਿੱਚ ਲੈਂਦਾ ਗਿਆ, ਇਹ ਕੇਸ ਪੁਰਾਣਾ ਕੇਸ ਹੈਗਾ 70/21 ਦਾ ਮੁਕੱਦਮਾ ਸੀ, ਹਾਂਜੀ 467/78 ਦਾ, ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਰਾਤ, ਜੱਜ ਪੇਸ਼ ਕੀਤਾ ਤੇ ਜੁਡੀਸ਼ੀਅਲ ਕੀ ਕਿਹਾ ਗਿਆ ਜੱਜ ਸਾਹਿਬ ਵੱਲੋਂ? ਜੱਜ ਸਾਹਿਬ ਨੇ ਕੁਝ ਨਹੀਂ ਕਿਹਾ, ਉਹਨਾਂ ਦਲੀਲਾਂ ਸੁਣ ਲਈਆਂ, ਦੋਹਾਂ ਵਕੀਲਾਂ ਦੀਆਂ, ਹੋਰ ਕੁਝ ਨਹੀਂ ਹੁੰਦਾ। ਡਾਕਟਰ ਸਾਹਿਬ ਤੁਹਾਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ, ਤੁਹਾਡੇ ਤੇ ਐਲੀਗੇਸ਼ਨ ਲੱਗ ਰਿਹਾ ਸੀ, ਕੀ ਕਹਿਣਾ ਚਾਹੁੰਦੇ? ਸਾਰੇ ਐਲੀਗੇਸ਼ਨ ਬਿਲਕੁਲ ਮਾਣਯੋਗ ਜੱਜ ਸਾਹਿਬ ਨੇ ਬਿਲਕੁਲ ਬੇਬੁਨਿਆਦ ਸਾਬਤ ਕਰਕੇ ਬੇਲ ਦੇ ਦਿੱਤੀ ਹੈ ਔਰ ਕਹਿ ਦਿੱਤਾ ਹੈ ਕਿ ਜੋ ਕੁਝ ਵੀ ਇਹ ਕਿਹਾ ਗਿਆ ਇਹ ਬਿਲਕੁਲ ਔਰ ਬਿਲਕੁਲ ਗਲਤ ਹੈ। ਸਾਨੂੰ ਪੁਲਿਸ ਤੇ ਔਰ ਮਾਣਯੋਗ ਅਦਾਲਤ ਤੇ ਪੂਰਾ ਭਰੋਸਾ ਸੀ, ਇਹਨਾਂ ਨੇ ਸਾਡੇ ਭਰੋਸੇ ਦਾ ਪੂਰਾ ਮਾਣ ਰੱਖਿਆ। ਸਭ ਨੂੰ ਕੋਰਟ 'ਚ ਪੇਸ਼ ਕਰਾਇਆ ਸੀ, ਹਾਂਜੀ ਕੀ ਕਹਿਣਾ ਚਾਹੁੰਦੇ? ਪੇਸ਼ ਕੀਤਾ ਸੀ ਜੀ, ਤੇ ਫਿਲਹਾਲ ਤਾਂ ਜੁਡੀਸ਼ੀਅਲ ਛੱਡਣ ਚੱਲੇ ਇਹਨਾਂ ਨੂੰ, ਤੇ ਅੱਗੇ ਜੋ ਇਹਨਾਂ ਦੇ ਕੇਸ ਦੇ ਵਿੱਚ ਲੈਂਦਾ ਗਿਆ, ਇਹ ਕੇਸ ਪੁਰਾਣਾ ਕੇਸ ਹੈਗਾ 70/21 ਦਾ ਮੁਕੱਦਮਾ ਸੀ, ਹਾਂਜੀ 467/78 ਦਾ, ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਰਾਤ, ਜੱਜ ਪੇਸ਼ ਕੀਤਾ ਤੇ ਜੁਡੀਸ਼ੀਅਲ ਕੀ ਕਿਹਾ ਗਿਆ ਜੱਜ ਸਾਹਿਬ ਵੱਲੋਂ? ਜੱਜ ਸਾਹਿਬ ਨੇ ਕੁਝ ਨਹੀਂ ਕਿਹਾ, ਉਹਨਾਂ ਦਲੀਲਾਂ ਸੁਣ ਲਈਆਂ, ਦੋਹਾਂ ਵਕੀਲਾਂ ਦੀਆਂ, ਹੋਰ ਕੁਝ ਨਹੀਂ ਹੁੰਦਾ। ਡਾਕਟਰ ਸਾਹਿਬ ਤੁਹਾਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ, ਤੁਹਾਡੇ ਤੇ ਐਲੀਗੇਸ਼ਨ ਲੱਗ ਰਿਹਾ ਸੀ, ਕੀ ਕਹਿਣਾ ਚਾਹੁੰਦੇ? ਸਾਰੇ ਐਲੀਗੇਸ਼ਨ ਬਿਲਕੁਲ ਮਾਣਯੋਗ ਜੱਜ ਸਾਹਿਬ ਨੇ ਬਿਲਕੁਲ ਬੇਬੁਨਿਆਦ ਸਾਬਤ ਕਰਕੇ ਬੇਲ ਦੇ ਦਿੱਤੀ ਹੈ ਔਰ ਕਹਿ ਦਿੱਤਾ ਹੈ ਕਿ ਜੋ ਕੁਝ ਵੀ ਇਹ ਕਿਹਾ ਗਿਆ ਇਹ ਬਿਲਕੁਲ ਔਰ ਬਿਲਕੁਲ ਗਲਤ ਹੈ। ਸਾਨੂੰ ਪੁਲਿਸ ਤੇ ਔਰ ਮਾਣਯੋਗ ਅਦਾਲਤ ਤੇ ਪੂਰਾ ਭਰੋਸਾ ਸੀ, ਇਹਨਾਂ ਨੇ ਸਾਡੇ ਭਰੋਸੇ ਦਾ ਪੂਰਾ ਮਾਣ ਰੱਖਿਆ। ਸਭ ਨੂੰ ਕੋਰਟ 'ਚ ਪੇਸ਼ ਕਰਾਇਆ ਸੀ, ਹਾਂਜੀ ਕੀ ਕਹਿਣਾ ਚਾਹੁੰਦੇ? ਪੇਸ਼ ਕੀਤਾ ਸੀ ਜੀ, ਤੇ ਫਿਲਹਾਲ ਤਾਂ ਜੁਡੀਸ਼ੀਅਲ ਛੱਡਣ ਚੱਲੇ ਇਹਨਾਂ ਨੂੰ, ਤੇ ਅੱਗੇ ਜੋ ਇਹਨਾਂ ਦੇ ਕੇਸ ਦੇ ਵਿੱਚ ਲੈਂਦਾ ਗਿਆ, ਇਹ ਕੇਸ ਪੁਰਾਣਾ ਕੇਸ ਹੈਗਾ 70/21 ਦਾ ਮੁਕੱਦਮਾ ਸੀ, ਹਾਂਜੀ 467/78 ਦਾ, ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਰਾਤ, ਜੱਜ ਪੇਸ਼ ਕੀਤਾ ਤੇ ਜੁਡੀਸ਼ੀਅਲ ਕੀ ਕਿਹਾ ਗਿਆ ਜੱਜ ਸਾਹਿਬ ਵੱਲੋਂ? ਜੱਜ ਸਾਹਿਬ ਨੇ ਕੁਝ ਨਹੀਂ ਕਿਹਾ, ਉਹਨਾਂ ਦਲੀਲਾਂ ਸੁਣ ਲਈਆਂ, ਦੋਹਾਂ ਵਕੀਲਾਂ ਦੀਆਂ, ਹੋਰ ਕੁਝ ਨਹੀਂ ਹੁੰਦਾ। ਡਾਕਟਰ ਸਾਹਿਬ ਤੁਹਾਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ, ਤੁਹਾਡੇ ਤੇ ਐਲੀਗੇਸ਼ਨ ਲੱਗ ਰਿਹਾ ਸੀ, ਕੀ ਕਹਿਣਾ ਚਾਹੁੰਦੇ? ਸਾਰੇ ਐਲੀਗੇਸ਼ਨ ਬਿਲਕੁਲ ਮਾਣਯੋਗ ਜੱਜ ਸਾਹਿਬ ਨੇ ਬਿਲਕੁਲ ਬੇਬੁਨਿਆਦ ਸਾਬਤ ਕਰਕੇ ਬੇਲ ਦੇ ਦਿੱਤੀ ਹੈ ਔਰ ਕਹਿ ਦਿੱਤਾ ਹੈ ਕਿ ਜੋ ਕੁਝ ਵੀ ਇਹ ਕਿਹਾ ਗਿਆ ਇਹ ਬਿਲਕੁਲ ਔਰ ਬਿਲਕੁਲ ਗਲਤ ਹੈ। ਸਾਨੂੰ ਪੁਲਿਸ ਤੇ ਔਰ ਮਾਣਯੋਗ ਅਦਾਲਤ ਤੇ ਪੂਰਾ ਭਰੋਸਾ ਸੀ, ਇਹਨਾਂ ਨੇ ਸਾਡੇ ਭਰੋਸੇ ਦਾ ਪੂਰਾ ਮਾਣ ਰੱਖਿਆ। ਸਭ ਨੂੰ ਕੋਰਟ 'ਚ ਪੇਸ਼ ਕਰਾਇਆ ਸੀ, ਹਾਂਜੀ ਕੀ ਕਹਿਣਾ ਚਾਹੁੰਦੇ? ਪੇਸ਼ ਕੀਤਾ ਸੀ ਜੀ, ਤੇ ਫਿਲਹਾਲ ਤਾਂ ਜੁਡੀਸ਼ੀਅਲ ਛੱਡਣ ਚੱਲੇ ਇਹਨਾਂ ਨੂੰ, ਤੇ ਅੱਗੇ ਜੋ ਇਹਨਾਂ ਦੇ ਕੇਸ ਦੇ ਵਿੱਚ ਲੈਂਦਾ ਗਿਆ, ਇਹ ਕੇਸ ਪੁਰਾਣਾ ਕੇਸ ਹੈਗਾ 70/21 ਦਾ ਮੁਕੱਦਮਾ ਸੀ, ਹਾਂਜੀ 467/78 ਦਾ, ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਰਾਤ, ਜੱਜ ਪੇਸ਼ ਕੀਤਾ ਤੇ ਜੁਡੀਸ਼ੀਅਲ ਕੀ ਕਿਹਾ ਗਿਆ ਜੱਜ ਸਾਹਿਬ ਵੱਲੋਂ? ਜੱਜ ਸਾਹਿਬ ਨੇ ਕੁਝ ਨਹੀਂ ਕਿਹਾ, ਉਹਨਾਂ ਦਲੀਲਾਂ ਸੁਣ ਲਈਆਂ, ਦੋਹਾਂ ਵਕੀਲਾਂ ਦੀਆਂ, ਹੋਰ ਕੁਝ ਨਹੀਂ ਹੁੰਦਾ। ਡਾਕਟਰ ਸਾਹਿਬ ਤੁਹਾਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ, ਤੁਹਾਡੇ ਤੇ ਐਲੀਗੇਸ਼ਨ ਲੱਗ ਰਿਹਾ ਸੀ, ਕੀ ਕਹਿਣਾ ਚਾਹੁੰਦੇ? ਸਾਰੇ ਐਲੀਗੇਸ਼ਨ ਬਿਲਕੁਲ ਮਾਣਯੋਗ ਜੱਜ ਸਾਹਿਬ ਨੇ ਬਿਲਕੁਲ ਬੇਬੁਨਿਆਦ ਸਾਬਤ ਕਰਕੇ ਬੇਲ ਦੇ ਦਿੱਤੀ ਹੈ ਔਰ ਕਹਿ ਦਿੱਤਾ ਹੈ ਕਿ ਜੋ ਕੁਝ ਵੀ ਇਹ ਕਿਹਾ ਗਿਆ ਇਹ ਬਿਲਕੁਲ ਔਰ ਬਿਲਕੁਲ ਗਲਤ ਹੈ। ਸਾਨੂੰ ਪੁਲਿਸ ਤੇ ਔਰ ਮਾਣਯੋਗ ਅਦਾਲਤ ਤੇ ਪੂਰਾ ਭਰੋਸਾ ਸੀ, ਇਹਨਾਂ ਨੇ ਸਾਡੇ ਭਰੋਸੇ ਦਾ ਪੂਰਾ ਮਾਣ ਰੱਖਿਆ।